ਸਰਕਾਰ ਦਾ ਬਹੁਤ ਸੱਚੇ ਦਰਬਾਰ ਹੀ ਹੈ ਕਰਦੇ ਹਾਂ
مولي مولي مولي
ਸੋਨੇ ਸਾਈ ਜੀ ਦਾ ਬਹੁਤ ਸੱਚੇ ਦਰਬਾਰ ਜਕਾਰਾ ਮਹਕਮ ਦੀ ਸ਼ਾਹ ਜੀ ਦਾ ਬਹੁਤ ਸੱਚੇ ਦਰਬਾਰ ਸੋ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਜੀ ਸਾਰੀ ਸੰਗਤ ਜੀ ਕਿ ਦੋਨੋਂ ਸਿਸਟਰ ਦਾ ਸਨਮਾਨ ਸਾਡੇ ਦਰਬਾਰ ਦੇ ਬਲੋਂ ਬੜੀ ਅੱਛੀ ਮਹਿਫਲ ਉਹਨਾਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਸਾਡੇ ਹੋਰ ਵੀ ਫਨਕਾਰ ਸਾਡੇ ਤੱਕ ਲਗਭਗ ਪਹੁੰਚ ਗਏ ਨੇ ਕਿਉਂਕਿ ਸਟਾਰ ਮਹਿਫਲ ਲਗਭਗ ਸ਼ੁਰੂ ਹੋ ਗਈ ਔਰ ਰਾਹੁਲ ਸੱਭਰਵਾਲ ਸਾਹਿਬ ਇੱਕ ਵਾਰੀ ਸਾਡੇ ਪਾਸ ਆਓ ਜੀ ਉਹ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ ਜੀ ਸਾਡੇ ਸੰਜੇ ਜੀ ਲੁਧਿਆਣੇ ਤੋਂ ਔਰ ਸਾਡੇ ਸ਼ੇਖਰ ਜੀ ਜਿਹਨਾਂ ਦੀ ਬਦੌਲਤ ਅੱਜ ਦੇ ਸਟਾਰ ਕਲਾਕਾਰ ਸਾਡੇ ਵਿੱਚ ਪਹੁੰਚੇ ਨੇ ਕੀ ਬਾਤ ਹੈ ਜੀ ਸਜੋਰ ਦਾ ਤਾੜੀਆਂ ਜੀ ਕਹਿੰਦੇ ਦਰ ਹੈ ਹੱਕ ਦਾ ਹੱਕ ਦੇ ਲਈ ਉਹਨਾਂ ਬਲੀਆਂ ਦੇ ਨਾਂ ਤੇ ਪੰਜਾਬੀਆਂ ਵਾਲੀ ਤਾੜੀ ਨਹੀਂ ਤਾੜਾ ਹੋਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਕਿ ਇੰਨੀ ਸੰਗਤ ਪੰਡਾਲ ਦੇ ਵਿੱਚ ਬੈਠੀ ਹੈ ਪਰ ਮੈਂ ਹਰ ਜਗ੍ਹਾ ਜਾ ਕੇ ਇੱਕ ਵਾਰੀ ਹੱਥ ਦੀ ਉੱਪਰ ਜ਼ਰੂਰ ਕਰਾਉਂਦਾ ਹੁੰਦਾ ਕਿਉਂਕਿ ਆਦਤ ਹੈ ਮੈਂ ਦੇਖਣਾ ਚਾਹੁੰਦਾ ਹੁੰਦਾ ਵੀ ਸਾਰਿਆਂ ਦਾ ਧਿਆਨ ਇਸ ਮੰਚ ਵੱਲ ਹੈ ਜਾਂ ਨਹੀਂ ਸੋ ਜਿਹਨਾਂ ਨੂੰ ਇਸ ਦਰਬਾਰ ਤੋਂ ਕੁਝ ਨਾ ਕੁਝ ਮਿਲਿਆ ਇੱਕ ਵਾਰੀ ਹੱਥ ਉੱਪਰ ਕਰ ਲਓ ਮੇਰੇ ਅੱਗੇ ਪਿੱਛੇ ਜਿੱਥੇ ਵੀ ਨੇ ਸਾਰੇ ਜਿੰਨੀ ਸੰਗਤ ਹੈ ਜਕਾਰਾ ਸੱਚੀਆਂ ਸਰਕਾਰਾਂ ਦਾ ਲਓ ਜੀ ਹੁਣ ਇੱਕ ਛੋਟਾ ਜਿਹਾ ਕੰਪੀਟੀਸ਼ਨ ਹੈ ਦੇਖਦੇ ਬੀਬੀਆਂ ਦੀ ਆਵਾਜ਼ ਜ਼ਿਆਦਾ ਆਉਂਦੀ ਹੈ ਜਾਂ ਬੰਦਿਆਂ ਦੀ ਜਕਾਰਾ ਸੱਚੀਆਂ ਸਰਕਾਰਾਂ ਦਾ ਹੁਣ ਸਾਡੇ ਵੀਰਾਂ ਦੀ ਵਾਰੀ ਜਕਾਰਾ ਸੱਚੀਆਂ ਸਰਕਾਰਾਂ ਦਾ ਮੈਂ ਤਾਂ ਕਿਹਾ ਸੀ ਕੋਈ ਗਿਫਟ ਦਊਂਗਾ ਪਰ ਮੁਕਾਬਲਾ ਬਰਾਬਰ ਜਾਈ ਚਲੋ ਕੋਈ ਗੱਲ ਨਹੀਂ ਤੂੰ ਆਪਣੇ ਨਾਂ ਤੇ ਤਾੜੀ ਮਾਰ ਦੋ ਇੱਕ ਵਾਰੀ ਖੁੱਲ ਕੇ ਸਾਰੀ ਸੰਗਤ ਬੜੀ ਅੱਛੀ ਆਵਾਜ਼ ਉਹ ਬੁਲੰਦ ਆਵਾਜ਼ ਜਿਨ੍ਹਾਂ ਦੇ ਕਾਫੀ ਗੀਤਾਂ ਨੂੰ ਤੁਸੀਂ ਪਿਆਰ ਦਿੱਤਾ ਮੇਰੀ ਯਾਦ ਜਿਹਨਾਂ ਦਾ ਮਕਬੂਲ ਹੋਇਆ ਇਹ ਮੇਲਾ ਪਰਿਵਾਰ ਉਹ ਬੁਲੰਦ ਬਸ ਜਨਾਬ ਮੌਜੂਦ ਹਾਜ਼ਰੀ ਸਰਕਾਰ ਬਾਬਾ ਮੋਹਕਮ ਦੀ ਸ਼ਾਹ ਦੇ ਜਿੰਨੇ ਵੀ ਖਾਦਮ ਨੇ ਜਿੰਨੇ ਵੀ ਸੇਵਾਦਾਰ ਨੇ ਮੈਂ ਚਾਹੁੰਦਾ ਇੱਕ ਤਾੜੀ ਮਾਰ ਕੇ ਖੁੱਲ ਕੇ ਜਿਹੜਾ ਬਾਬਿਆਂ ਨੇ ਤਾੜੀ ਹੋਣੀ ਚਾਹੀਦੀ ਆ ਔਰ ਸਰਕਾਰ ਬਾਬਾ ਗੁਲਾਮ ਸੋਨੀ ਜੀ ਪਹਿਲੀ ਵਾਰੀ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਸਰਕਾਰ ਵੱਲੋਂ ਔਰ ਮੈਂ ਸ਼ੁਕਰਗੁਜ਼ਾਰ ਹਾਂ ਜੀ ਜਿੰਨੇ ਵੀ ਫਕੀਰ ਪਹੁੰਚੇ ਨੇ ਇੱਥੇ ਮੈਂ ਔਰ ਇਹ ਤੋਂ ਬਾਅਦ ਜਿੱਡਾ ਵੱਡਾ ਨਾਂ ਖਾਨ ਸਾਹਿਬ ਉਹ ਤੋਂ ਕਿਤੇ ਵੱਡੀ ਗਾਇਕੀ ਇੱਕ ਤਾੜੀਆਂ ਮੇਰੇ ਵੀਰ ਖਾਨ ਸਾਹਿਬ ਵਾਸਤੇ ਮਾਰ ਜਰੂਰ ਖੁੱਲ ਕੇ ਜਾਵੇ ਔਰ ਵੱਡੇ ਭਾਈ ਸਾਹਿਬ ਬੱਬਰ ਜੱਟ ਜੀ ਦਾਰਾ ਸੋਨ ਮਾਂ ਕਮਾਲ ਸੋਨਾ ਜੀ ਬਾਬਾ ਜੀ ਗੱਲ ਮੈਨੂੰ ਯਾਦ ਆਈ ਆ ਕਲਾਕਾਰ ਚਾਹੇ 10,000 ਦਾ ਹੋਵੇ ਜਾਂ 10 ਲੱਖ ਦਾ ਹੋਵੇ ਕਲਾਕਾਰ ਚਾਹੇ 10,000 ਦਾ ਹੋਵੇ ਚਾਹੇ 10 ਲੱਖ ਦਾ ਹੋਵੇ ਉਹ ਹਮੇਸ਼ਾ ਮੰਗਦਾ ਬਣ ਕੇ ਰਹਿੰਦਾ ਬਸ ਉਹਦੀ ਨਿਗਾਹ ਪੈਸਿਆਂ ਵਾਲੇ ਹੁਦੂਦ ਕੌਣ ਦਿੰਦਾ ਵਾ ਫਕੀਰ ਚਾਹੇ ਪਾਟੀਆਂ ਲੀਰਾਂ ਪਾਈਆਂ ਹੋਣ ਚਾਹੇ ਰੇਸ਼ਮ ਦੇ ਬਾਣੇ ਪਾਏ ਹੋਣ ਫਕੀਰ ਸਦਾ ਬਾਦਸ਼ਾਹ ਹੀ ਹੁੰਦਾ ਕਿ ਤਾੜੀ ਪਰ ਫਕੀਰਾਂ ਵਸ ਜਾਣਾ ਪਤਾ ਨਹੀਂ ਕਿੱਥੋਂ ਕੱਢ ਕੱਢ ਕੇ ਦੇ ਜਾਂਦੇ ਪੈਸੇ ਸੋ ਇਜਾਜ਼ਤ ਹੈ ਬਾਬਾ ਜੀ ਥੈਂਕ ਯੂ
سرکار کا لوہی آ گئی چاہے تھے دلیر مہدی صاحب میرے استاد جی بھی آ جان وہ بھی تھے مانگتے پڑھ کے آ دے اے فقیراں تے ایڈی رحمت اللہ بزرگاں دی پتہ نہیں کتھے صدقہ کبھی تاری مانگے جا بابا جی واسطے
سهارا جنگل کا تانیاں کھول کے ہمارے کو بڑی میرے بڑی سرکاراں بڑا بڑا سرا نظر لائک بڑا سرا مان مرشد دوسرے اس اسی مرشد دے لڑ لگے نظارہ لینا ہے سروری گلا کیونکہ کئیاں نوں مال کہنا بھر دندا وا لی تو نہیں ماری ہو جاندی کئیاں دی پر جڑے مرشد والے ہوندے گرو والے ہوندے ہاں او سدا نظارے چ رہندے بابا جی سن کے ذرا سرکار بابا موگم نشا جمعی ساری سرکار بابا غلام سونی جی جمعی لڑ لگے سی اوتے لگے آج تک نظارے بچا اور سدا رہنا بھی نظارے چاہے آجو کہ لوکاں دا غم کھڑا کہیں گے آرے رہے بڑی مہربانی اسی مرشد دے لڑ لگے ترجمة
تاری میری سرکار دا ڈیرہ مرے پنڈ ساڈے سرکار بابا موقع میشا جی کے تاری مارن واسطے کھل کے دادا جی جڑا تیرا کیندے سی او چر مہری چر مہری چر مہری چر مہری مہندے سی سرکار میں تو آدھاما پتا اوڈو لگتا تو وہ اوکھا بھی لے ہونا پتا اوڈو لگتا پت بھی کہندا باپ نو کہ میں تیرا ہے پتا اوڈو لگتا جدو باپ بیمار ہوندا او جڑا تیرا ہے کہندے سی نشے تو بچ رہا تھا پھر بھی میں دعا کرتا بابا جی کہ ایتھے کوئی نشہ نہ ہوے کوئی مارا کام نہ ہوے موہری دے موہری بابا چاکی میں بنی موہری دے موہری بابا چاکی میں بنی موہری دے موہری سایا چاکی میں بنی موہری دے موہری بابا چاکی میں بنی لالا جو سوتے اس نگر کی خوشحالی واسطے اتنے کوئی ماڑا کام لاوے تو خط اچھے کر کے لواؤ حاضری آ جنہوں کو دو خط جنہوں کو حاضری نہ رہن دو موہری دے موہری بابا چاکی میں رب نے کبھی کسی کو معاف نہیں کیتا ہو رب کبھی نہ بخشتا ہے رب کبھی نہ بخشتا ہے رب کبھی نہ بخشتا ہے چھوٹی چھوٹی حاضری ہیں دو تین ہو پھر معافی منگ لینی ہیں کیونکہ ون فیمس آواز خان صاحب
ਥੋੜਾ ਪਾਣੀ ਪੀ ਦਿਓ ਜੀ ਹਾਂਜੀ ਹਾਂਜੀ ਥੋੜਾ ਪਾਣੀ ਦਿਓ ਸਟੇਜ ਤੇ ਪਾਣੀ ਦਿਓ ਜੀ ਸਰਕਾਰ ਤੋਂ ਗੁਰੂ ਗੋਂਡ ਦਾ ਮੈਂ ਤੋਂ ਗੁਰੂ ਜੇ ਤੁਸੀਂ ਸੂਫੀ ਪਸੰਦ ਕਰਦੇ ਫਿਰ ਤਾੜੀ ਮਾਰ ਕੇ ਦੱਸ ਦਿਓ ਉਸ ਤੋਂ ਬਾਅਦ ਕਿ ਤੇਰੀ ਅੱਖ ਚੋਂ ਹੰਝੂ ਤੇਰੀ ਅੱਖ ਚੋਂ ਹੰਝੂ ਚੋਂ ਨਹੀਂ ਰਣਾ ਮੈਨੂੰ ਸੌਂ ਤੇਰੀ ਤੈਨੂੰ ਰੋਣ ਨਹੀਂ ਦੇਣਾ ਤੂੰ ਕਹਿੰਦੀ ਐ ਮੈਨੂੰ ਭੁੱਲ ਜਾਣਾ ਨਹੀਂ ਮੇਰੀ ਯਾਦ ਨੇ ਇਹ ਕੰਮ ਹੋਣ ਨਹੀਂ ਦੇਣਾ ਇਹ ਗਾਣਾ ਗਾਓ ਬੜੀ ਸਿਫਤ ਹਾਂਜੀ ਪੜੀ ਜੰਮਲੇ ਕੁੰਦਰੂ ਕੁੰਦਰੂ ਗਿਰ ਪੈਰ ਤੂੰ ਸਰਕਾਰ ਕਈ ਲੋਕ ਉਹ ਕੱਚੀ ਗੱਲ ਕਈ ਲੋਕ ਐਵੇਂ ਹੀ ਕਿਲੋ ਕਿਲੋ ਦੇ ਕੰਗੂਰੂ ਪਾ ਲੈਣੇ ਪੰਜ ਛੇ ਮਾਲਾ ਪਾ ਲਈਆਂ ਵੈਸੇ ਮੈਂ ਕਿਸੇ ਬਾਰੇ ਮਾੜਾ ਨਹੀਂ ਬੋਲਦਾ ਪਰ ਘੁੰਗਰੂਆਂ ਪਿੱਛੇ ਰੀਜ਼ਨ ਆ ਮਾਲਾ ਪਿੱਛੇ ਰੀਜ਼ਨ ਆ ਜੇ ਬੁੱਢਾ ਬੇਗੁਰਾ ਹੋਵੇ ਗੁਰੂ ਵਾਲਾ ਨਾ ਹੋਵੇ ਮੁਰਸ਼ਦ ਵਾਲਾ ਨਾ ਹੋਵੇ ਤਾਂ ਸਾਰੇ ਸ਼ਿੰਗਾਰ ਹੀ ਬੇ ਫਿਰ ਉਹਨਾਂ ਸ਼ਿੰਗਾਰਾਂ ਦਾ ਕੋਈ ਫਾਇਦਾ ਨਹੀਂ ਤਾੜੀ ਮਾਰ ਦੇਖੋ ਗੁਰੂ ਵਾਸਤੇ ਉਹ ਚੱਕਣਾ ਕੱਲ ਹੀ ਆ ਇੱਕ ਵਾਰੀ ਉੱਪਰ ਆ ਗਏ
چکرا کر لیا ایک گانا سنیا یوٹیوب پہ سونو ٹیلر سنگر اور کمپنی آنند میوزک والوں میں لاج کون کرونا پوسٹر تھینک یو لو 1 2 3 ہٹ ਬਾਜੀ 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 ਅੱਖ ਮੁਰਸ਼ਦ ਨਾਲ ਜੋ ਲਾ ਲੈਂਦਾ ਮੁਰਸ਼ਦ ਨਾਲ ਜੋ ਲਾ ਲੈਂਦਾ ਓ ਸਜਦਾ ਅੱਖ ਮੁਰਸ਼ਦ ਨਾਲ ਜੋ ਲਾ ਲੈਂਦਾ ਅੱਖ ਨਾਲ ਜੋ ਲਾ ਲੈਂਦਾ ਅੱਖ ਨਾਲ سرکار نے اکھ لائی جے منگ دے بن گیا تے چھوڑیاں بھر کے جوں گے تیری ہاتھ چ کر کے ساری سبت تن سو لگے بابے دی ہاتھ چ کر لگے 1 2 3 اکھ نال رکھ کھن دے اکھ مرشد نال جو لا لیندا ہور کتے نہ نین ملاوندا سرکار حسین مہانی پوندا لاسٹ سال جڑا کرکٹ رب نہ کسے نو لاوے گانا میرا یوٹیوب پہ پیا آر کے مہندی تھی سرچ کر سکتے ہو گانا ہے میری یاد کہ تیری اکھ چوں ہنجو چون نہیں دینا دینا ماری جھنگا سے ملے گئی جب چھڈ کے ماری جھنگا سے ملے گئی جب چھڈ کے ماری جھنگا سے ملے گئی جب چھڈ کے
ولكن هناك سلمان ولكن هناك سلمان ولكن هناك سلمان ولكن دربار دی سمو پربندک کمیٹی غلام سونی خاتم جی اچھے طور تے گلشن کمار جی اور دنیش اگنی ہوتری جی انہاں دا استقبال کردے ہیں اور اج تسی میرے کول نا صرف دو اناؤنسمنٹ او اپا مان سمان کرانے سی کیونکہ ہر مشوالے نے
Thank you.
ਚੜ ਗਿਆ ਗੱਡੀ ਫਿਰ ਕਤਾਰੀ ਮਾਰ ਜਰਾ ਥੈਂਕ ਯੂ ਜਦੋਂ ਮੈਂ ਸਟੇਜ ਤੇ ਚੜਿਆ ਪਹਿਲਾਂ ਮੀਕਾ ਕਹਿੰਦਾ ਬਾਬਾ ਜੀ ਮੈਨੂੰ 2 ਵਜੇ ਸੱਦਿਆ ਮੀਕੇ ਨੇ 2 ਵਜੇ ਸੱਦਿਆ ਸੀ ਕਹਿੰਦਾ ਥੋੜਾ ਟਾਈਮ 2 ਵਜੇ ਫਿਰ ਕਹਿੰਦਾ 5 ਵਜੇ ਜੀ ਹੁਣ 6 ਵਜ ਗਏ ਜਦੋਂ ਮੈਂ ਹੁਣ ਸਟੇਜ ਤੇ ਚੜਿਆ ਮੈਨੂੰ ਕਹਿੰਦੇ 20 ਮਿੰਟ ਮੈਂ ਕਿਹਾ ਮੇਰੇ ਕੋ ਗੱਲ ਕਹਿਤੀ ਤੁਸੀਂ ਮੈਨੂੰ ਚਾੜ ਦਿੱਤਾ ਉਤਰਨਾ ਹੁਣ ਮੇਰੇ ਬਸ ਨਾਲ ਦੇ ਨਾਲ ਮੈਂ ਇੱਕ ਡਾਇਲੌਗ ਪੇਸ਼ ਕਰਦਾ ਕਹਿੰਦੇ ਸ਼ੇਰ ਨੂੰ ਡਰਾਉਣ ਦਾ ਤੇ ਜੱਟ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਆਪਣੀ ਮਰਜ਼ੀ ਕਰਦੇ ਕਲਾਕਾਰ ਦੇ ਹਿੱਕ ਵਿੱਚ ਜੋੜ ਹੈ ਨਹੀਂ ਕੱਲੇ ਸਾਜ ਵਜਾਉਣ ਦਾ ਕੀ ਫਾਇਦਾ ਕੀ ਫਾਇਦਾ ਜਿਸ ਰੋਗੀ ਨੇ ਨਹੀਂ ਪਰਹੇਜ਼ ਕਰਨਾ ਉਹਦਾ ਇਲਾਜ ਕਰਾਉਣ ਦਾ ਕੀ ਫਾਇਦਾ ਕੀ ਫਾਇਦਾ ਪੈਸੇ ਲੈ ਕੇ ਜਿਸ ਨੇ ਮੋੜਨੇ ਨਹੀਂ ਉਹਦਾ ਵਿਆਜ ਵਧਾਉਣ ਦਾ ਕੀ ਫਾਇਦਾ ਮੱਖਣ ਬਰਾੜਾ ਜੋ ਘਰਾਂ ਨੂੰ ਫੂਕ ਸੁੱਟਦੇ ਐਸੇ ਚਿਰਾਗ ਜਗਾਉਣ ਦਾ ਝੂਮ ਝੂਮ ਕੇ ਤੁਰੇ ਮੜਕ ਨਾਲ ਤੁਰੇ ਮੜਕ ਨਾਲ ਝੂਮ ਝੂਮ ਕੇ ਪੁੱਤ ਸਰਦਾਰਾਂ ਦਾ ਪਲ ਲੈ ਅੜੀਏ ਪਹਿਲਾ ਪਹਿਲਾ ਫੁੱਲ ਮਹਾਰਾ ਦਾ ਬਸ ਰਾਜੀ ਬਾ
ਰਿਲੀਜ਼ ਹੋਇਆ ਅਨੰਦ ਮਿਊਜ਼ਿਕ ਕੰਪਨੀ ਵੱਲੋਂ ਚੱਕ ਲੈ ਗਰੀਬ ਨੂੰ ਬਹੁਤ ਵਧੀਆ ਗਾਣਾ ਹੈ ਬਹੁਤ ਤਕੜਾ ਮੈਸੇਜ ਹੈ ਮੈਂ ਸਾਰੀ ਪੀੜ ਨੂੰ ਬੇਨਤੀ ਕਰੂੰਗਾ ਕਿ ਅੱਜ ਕੇ ਸੁਣਿਓ ਪਹਿਲਾਂ ਦੱਬ ਕੇ ਸ਼ੇਅਰ ਕਰਿਓ ਥੈਂਕ ਯੂ ਭਾਜੀ ਥੈਂਕ ਯੂ
بابا جی اگلے سال نو کھٹا سنت جی تاڑیاں مار کے بابا جی نو دس دیو تھینک یو سو مچ تھینک یو نی ہاجی بھنگ لین دے بھنگ لین دے بھنگ لین دے ساڈے کھیتاں وچ میری جام تھے دونوں مان سنمان ساڈے جالی باجی تے جدوں میڈم جی گا رہے سی کہ گلابی پگ نہ بنوے نظر لگن گیا میری تے کہ بابا جی ایویں خوش ہوئی جانا میں گانا جو کوئی اناؤنس نہیں کرنا پہلا محبت دا اظہار کر دو خان صاحب نال کتنی محبت ہے سن سجنا تینوں پاؤن لئی کر کی نہیں سکدے تیرے بن مرتا سکدے ہیں تیرے بن تیرے بن مرتا سکدے ہیں تیرے بن جی نہیں سکدے اور بہت سارے ٹریک جڑے ہیں نویں ٹریک فلا ٹائم 20 منٹ وہ اتنے 20 منٹ ہی بہت کھلا ٹائم ہاں جی بھائی سب تو پہلے آڈیئنس کا دھنواد کریے جہاں تصویر اس طرح دیکھو اتنے کلے کھڑے پرسن آئے حالت ہے تھی ایک دوجے کے نزدیک کھڑ کے ویسے تو آپ کٹھے رہنے پڑ گئے بندے سردیاں کٹھا ہوتا تو ٹھنڈ کی وجہ نہ کٹھا ہوتا گرمیاں کٹھے ہونا بہت اوکھا ہے کہ بابا جی سا برا ویر ساڈا تھی شام کو منہ ودیا لگتے یار بیل سنگھ خان صاحب کا سنگیت پریوار تھوڑے مخاطب ہے اور خان صاحب کا تھینکس کر دیا کیونکہ اگلا جڑا رات کا پروگرام ہے چلان بہت دور ہے پروگرام اور اتنے سما تھوڑا جہا دایا بایا کیتا ہے کیونکہ داتا جی کی خدمت کرن جڑے کلاکار پہنچ جاتا ہے وہ ٹائم کی ایڈجسٹمنٹ جی اگلی آؤٹ بعد کی گل پہلے اتنے کی ایڈجسٹمنٹ کرنی پہنتی ہے تو ساری تھوڑے ایڈجسٹمنٹ ہے تھوڑی گان پتا نہیں کہڑے کہڑے نال داتا جی دے نال پیار محبت انہوں نے چرنا دے نال آؤ خان صاحب جو کہ گیتوں دے نال نکلے جڑے ایک چیز میں تمہیں اجن کی ہور سنانی ہے کہ بابا جی سرپائی صاحب ایک دن یہ گلا میرے نا 10 بجے کریا کرو جدہ یہ بھاجی ہوں کر لگ پے ملتے اپن 10:30 11 کو وجنا پر ہاں جی ہاں جی اور میں کی گل کرتا سی بھائی آؤ پہلے بیل سنگھ کرتے ہیں پھر گل کرتے ہیں خان صاحب جتنے کہ گیتوں کے بنزارے نے چرخے کی کوک دے آشک نے تو ودیا لوگوں کے اپاشک نے اتنے اج تمہوں ایک میکری سنا انہوں کے کولوں میں تو وہ سرپرائز ہے تھوڑے واسطے وہ سرپرائز آپ ٹائم سر دیں گے بھائی آ رستہ چڈو رستہ بھائی پلیز خالی کرواؤ پلیز یار آ جاؤ کہ بیٹھ جاؤ ادھر آ دیکھو بہت جگہ یار ادھر کے پاس رستہ چڈ دو پلیز ادھر تمہیں سنن کا بھی نہیں مزہ آنا دیکھنے کا بھی نہیں مزہ آنا یا پھر ایدا کرو اس طریقے نہ کر لو چھوٹے کاندھے اگے آ جاؤ بڑے کاندھے تھوڑے پیچھے کھڑے ہو جاؤ وہ بھرا تو پیچھے چل سارے دو 9 فٹ پیچھے بھیجو پہلے ہاں جی آ جی چھوٹا جہا بیلنس خان صاحب کے سنگیت پرور اس اپرنت تے مخاطب خان صاحب سب تو ود تمہوں ٹائم رحمت بھائی کے لگنا یہ تھوڑی والا کام ہے یہ پہلے سر چاہیے بجنا بعد کی گل ہے تبلا پہلے جوڑ چاہیے تو مجھے یہ 10 پہلے کہنا کہ چاہنا محنت ہی کری ہے نا محنت تو میں لوگوں کی کرتا بلجیت سبروال بابا جی بابا بولا جی آشیرواد دے کے بہت بڑا
شكر بي سو میں سپیشلی تھینکس کرتا ہوں انہاں اور دارا ساؤنڈ بہت اچھے طریقے نال ڈانسنگ بھی ہو رہی ہے دادا جی دادا جی دادا جی دادا بہت بڑی پیار ہے بہت بڑی امور ہے سب دیشاں وچ جنے بھی سنگت ہے او اس دربار نال جڑی ہے تو کسی شاعر نے بھی بڑا خوبصورت لکھیا ہے کہ میں پردیسی وطن دے لوکو مینوں کیوں بے وطنا تسی کہندے ہو جنے پردیسی ویر دیکھ رہے نے انہاں واسطے خاص ہے جی میں پردیسی وطن دے لوکو مینوں کیوں بے وطنا تسی کہندے ہو میں تے ماں تو دور ہا رہندا تسی تے ماں تو رہندے ہو مسئلہ سی روجی روٹی دا ਹੁਣ ਭੁੱਖਣੀ ਦੌਲਤ ਕਾਰਾਂ ਦੀ ਇਸੇ ਲਈ ਛੱਡਣੀ ਪੈ ਗਈ ਯਾਰੋ ਇਹ ਮਹਿਫਲ ਸੋਹਣੇ ਯਾਰਾਂ ਦੀ ਇਹ ਮਹਿਫਲ ਸੋਹਣੇ ਯਾਰਾਂ ਦੀ ਕਿਉਂਕਿ زوردار ہویا جائے گی ایک خان صاحب نے بس یہی پیار ہے جی اگلی آواز خان صاحب کی پیر بابا مقدم الدین شاہ جی تو میں مائی جینا جی تو میں پہلی باری آیا جی تھے تو تہاڈا اتنا تہاڈا اتنا پیار دیکھ کے مینوں بہت خوشی ہوئی ہے جنے بھی دربار دے کمیٹی ممبرز آ ساڈے سائیں جی غلام سونی خادم جی ہیں تے انہاں دا کر کے جگہ دا کر کے آپاں اتنے کٹھے ہوئے ہاں ایک واری جگارا لائیے تے پھر آپاں سٹارٹ کریے بہتیاں گلاں نہ کریے پہلا بہت لیٹ ہو گیا آپاں ایک واری سارے جانے حاضری لاؤنی ہے جگارا مستا والیاں دا بول سچے دربار کی دربار کی دربار کی واہ جی واہ لے کھڑا ہو ادھر مینوں کیا سنجے لدھیانا تے شیخر بھائی بس سو شروعات کرتے استاد نصرت فتح علی خان صاحب ہونا تو جتنا کیونکہ میرے آئیڈل ہے انہوں تو شروعات کر دیں پھر جدہ نہیں ہوئے فرمائشاں ہوئی ہیں جدہ بھی تھوڑا حکم ہویا میرے سیر مت تھے فا جی ووکل تھوڑی جی کھول دیو جی مورلی منیٹر انہوں نے بچ کرتے ادا تو مورے پہن دے انہوں نے بچ ووکل سیٹ کر دے ماڑی بھاجی سونے چنگی طرح ڈیلے ریورب تھوڑی جی کر دیو سیٹ جائے بہت اچھی ساؤنڈ دارا ساؤنڈ میں پتا مینو بھاجی کی پچھان ہے ساڈے ماما جی آر کے مہندی انہاں واسطے تاڑیاں مارو جنہاں کر کے اسی آئے ہیں
ਜਿਨ੍ਹਾਂ ਕਰਕੇ ਸਬੱਬ ਬਣਿਆ ਇੱਥੇ ਆਉਣੇ ਦਾ ਤੇ ਸ਼ੁਰੂਆਤ ਕਰਦੇ ਹਾਂ ਹੋ ਜੁਨੀਆ Thank you.
ਸੱਜਣਾ ਮਰ ਵੀ ਨਾ ਤਕਰੇ ਦਿਨ ਰਾਤ ਖਲੀ ਹੋ ਕੇ ਤੇਰੀ ਰਾਤ ਕਾਵੇਂ ਵੀਰੇ ਨਾ ਸੱਜਣਾ ਮਰ ਵੀ ਨਾ ਤਕਰੇ ਖੁਦ ਕਦਰ ਦਾ ਪੀਣਾ ਪਾਇਆ تیرے بن جی نہیں سکدے
ਕੱਲੇ ਕਰੇ ਹਾਂ ਸਜਣਾ ਕੋਈ ਗਲ ਨਾਲ ਲੋਂਦਾ ਨਹੀਂ ਜਦੋਂ ਜਦੋਂ ਸਾਡਾ ਗਾਣਾ ਆਇਆ ਹੀ ਹੈ ਤੇ ਮੈਨੂੰ ਤੇ ਜੀ ਖਾਨ ਨੂੰ ਮੈਸੇਜਸ ਆਉਂਦੇ ਹੁੰਦੇ ਸੀਗੇ ਕਹਿੰਦੇ ਵੀ ਵੀ ਜਦੋਂ ਬਾਈ ਆਹ ਵਾਲਾ ਅੰਤਰਾ ਆਉਂਦਾ ਤੇ ਸੌ ਰੱਬ ਦੀ ਅੱਖਾਂ ਚੋਂ ਹੰਝੂ ਨਿਕਲ ਆਉਂਦੇ ਕੱਲੇ ਕਰੇ ਹਾਂ ਸਜਣਾ ਕੋਈ ਗੜ ਨਾਲ ਲਾਉਂਦਾ ਨਹੀਂ ਹੋ ਸੌ ਤੇਰੀ ਦੁੱਖ ਡਾਡੇ ਨੇ ਕੋਈ ਦਰਦ ਵੰਡਾਉਂਦਾ ਤੇਰੇ ਵਜੋਂ ਦਿਲ ਦੇ ਜ਼ਖਮਾਂ ਨੂੰ ਅਸੀਂ ਜ਼ਖਮਾਂ ਨੂੰ ਹੋ ਕੱਲੇ ਸੀ ਨਹੀਂ ਸਕਦੇ ਹਾਏ ਤੇਰੇ ਬਿਨ ਮਰ ਤਾਂ ਸਕਦੇ ਮਾਂ ਤੇ ਲਿਖਿਆ ਰਿੱਕੀ ਖਾਨ ਨੇ ਜਿਹੜਾ ਜਿਹਨੇ ਇਹ ਸੱਜਣਾ ਗਾਣਾ ਲਿਖਿਆ ਉਹਨੇ ਮਾਂ ਤੇ ਗਾਣਾ ਲਿਖਿਆ ਇੱਕ ਸਾਡੀਆਂ ਮਾਵਾਂ ਵੀ ਬੈਠੀਆਂ ਭਰਾਵਾਂ ਲਈ ਤਾਂ ਗਾਈ ਜਾਂਦੇ ਉਹਨਾਂ ਦੇ ਮਾਂ ਵਾਸਤੇ ਵੀ ਉਹੀ ਰੁਕਣਾ ਉਹੀ ਰੱਖਣਾ ਮਾਵਾਂ ਮਾਵਾਂ ਠੰਡੀਆਂ ਸ਼ਾਮਾਂ ਸਾਰਿਆਂ ਦੀਆਂ ਮਾਵਾਂ ਜਿੰਨੀਆਂ ਦੀਆਂ ਮਾਵਾਂ ਬੈਠੀਆਂ ਨੇ ਇੱਕ ਵਾਰੀ ਆਪੋ ਆਪਣੀ ਮਾਂ ਦੇ ਨਾਲ ਤਾੜੀਆਂ ਮਾਰ ਦਿਓ ਮੈਂ ਕਦੇ ਹੋ ਗਿਆ ਜੇ ਉਲੇ ਉਹਦੀ ਅੱਖ ਤੋਂ ਮੈਂ ਕਦੇ ਹੋ ਗਿਆ ਜੇ ਉਲੇ ਉਹਦੀ ਅੱਖ ਤੋਂ ਉਹਨੇ ਰੋ ਰੋ ਕੇ ਮੈਨੂੰ ਲੱਭਣਾ ਵੇ ਕਦੇ ਭਾਵੇਂ ਨਾ ਵਿਛੋੜਾ ਰੱਬਾ ਮੇਰਿਆ ਉਹ ਮੇਰੀ ਮਾਂ ਦੋ ਨੀ ਜੀ ਲੱਗਣਾ ਛੋੜਾ ਮੋਲਾ ਮੇਰਿਆ ਮੇਰੀ ਮਾਂ ਦਾ ਨਹੀਂ ਜੀ ਲੱਗਣਾ ਇਹ ਤੁਮੇ ਦਿਲ ਲਗੀ ਇਹ ਜਵਾਨੀ ਪੜੇਗੀ ਤੁਮੇ ਦਿਲ ਲਗੀ ਭੂ ਜਵਾਨੀ ਪੜੇਗੀ ਮੁਹੱਬਤ ਕੀ ਰਾਤ ਹੋ ਗਿਆ ਕਰ ਦੇ
صاحب نے مصطفی فتح علی خان صاحب نے یہ سرگم بولی ہے تے میں میں جتا 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 سرگم گاؤں گا میرے نال میرے بھرا جنے بھی سجندے ہیں سارے میرے نال اودا اودا اون گے
رب سے آجا کرپ دیکھو تمہیں دل لگی ہوں ਸਾਂਝੀਆਂ ਜਦੋਂ ਕੁੜੀ ਸਟੇਜ ਤੇ ਆਉਂਦੀ ਸੀ ਚੀਕਾਂ ਨਾ ਮਾਰਿਆ ਕਰੋ।